ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਮਹਿਤਾਬ ਮੋਮ ਐਂਡ ਕੁਕਿੰਗ ਵਲੌਗਸ। ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ 2021 ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਅਤੇ 2021 ਦੇ ਵਿੱਚ ਆਪਣੇ ਕਿਸਾਨ ਭਰਾਵਾਂ ਦੀ ਕਿਸਾਨ ਅੰਦੋਲਨ ਦੇ ਵਿੱਚ ਜਿੱਤ ਹਾਸਲ ਹੋਵੇ। ਅਤੇ ਲਓ ਜੀ, ਹੁਣ ਜਦੋਂ ਸਵੇਰੇ 6 ਵਜੇ ਦਾ ਟਾਈਮ ਆ ਅਤੇ ਮੈਂ ਦਰਵਾਜ਼ਾ ਖੋਲ੍ਹਿਆ, ਬਾਹਰ ਬਹੁਤ ਹੀ ਜ਼ਿਆਦਾ ਤੇਜ਼ ਬਰਫ਼ਬਾਰੀ ਹੋ ਰਹੀ ਸੀ। ਅਤੇ ਤੁਸੀਂ ਵੀ ਇੰਜੋਏ ਕਰੋ। ਹੁਣ ਆਪਾਂ ਬਣਾਉਂਦੇ ਹਾਂ ਜੀ ਚਾਹ। ਮਹਿਤਾਬ ਇੱਧਰ ਹੈ, ਲੈਚੀਆਂ ਕੁੱਟਣ 'ਚ ਮੇਰੀ ਹੈਲਪ ਕਰ ਰਿਹਾ ਆ। ਕੱਟਦੇ ਚਾਚੀ ਪੁੱਤ, ਬੰਦ ਕਰ ਦੇ। ਅਤੇ ਮਹਿਤਾਬ ਸਵੇਰ ਨੂੰ ਮੇਰੇ ਨਾਲ ਹੀ ਉੱਠ ਜਾਂਦਾ ਆ ਅਤੇ ਚਾਹ ਬਣਾਉਣ ਦੇ ਵਿੱਚ ਮੇਰੀ ਹੈਲਪ ਕਰਦਾ ਆ। ਹਰ ਵਾਰ ਕਹਿ ਦਿੰਦਾ ਕਿ ਲੈਚੀਆਂ ਮੈਂ ਹੀ ਕੁੱਟਣੀਆਂ ਆ। ਚਾਹ ਦੇ ਨਾਲ ਆਪਾਂ ਬਣਾਵਾਂਗੇ ਜੀ ਬ੍ਰੈਡ ਟੋਸਟ। ਲਓ ਜੀ ਚਾਹ ਪੀ ਲਈਏ। ਅਤੇ ਹੁਣ 9 ਵਜੇ ਦਾ ਟਾਈਮ ਆ ਅਤੇ ਕਾਫੀ ਜ਼ਿਆਦਾ ਬਰਫ਼ਬਾਰੀ ਹੋ ਰਹੀ ਆ। ਰੋਡ ਦੇ ਉੱਪਰ ਵੀ ਕਾਫੀ ਜ਼ਿਆਦਾ ਤਿਲਕਣ ਹੋਈ ਆ ਅਤੇ ਗੱਡੀ ਸਲੈਪ ਕਰਨ ਦਾ ਵੀ ਖਤਰਾ ਰਹਿੰਦਾ ਆ। ਵੈਸੇ ਤਾਂ ਰੋਡ ਦੇ ਉੱਪਰ ਨਾਲ ਦੀ ਨਾਲ ਜਿਹੜੀ ਬਰਫ਼ ਆ ਸਾਫ਼ ਕਰ ਦਿੰਦੇ ਆ। ਅਤੇ ਇਹ ਆ ਜੀ ਸਾਡਾ ਛੋਟਾ ਜਿਹਾ ਪਿੰਡ। ਚਾਰੇ ਪਾਸੇ ਤੁਸੀਂ ਦੇਖ ਸਕਦੇ ਹਾਂ ਕਿ ਜਿਹੜੀ ਧਰਤੀ ਆ ਚਿੱਟੀ ਹੋਈ ਪਈ ਆ। ਇਵੇਂ ਲੱਗਦਾ ਕਿ ਜਿਵੇਂ ਧਰਤੀ ਨੈਚੁਰਲੀ ਇਹਦਾ ਕਲਰ ਹੁੰਦਾ ਵਾਈਟ। ਅਤੇ ਬਰਫ਼ ਪੈਣ ਦੇ ਨਾਲ ਨਾਲ ਬਹੁਤ ਜ਼ਿਆਦਾ ਠੰਡੀ ਹਵਾ ਚੱਲ ਰਹੀ ਸੀ। ਵੈਸੇ ਜਦੋਂ ਬਰਫ਼ ਪੈਂਦੀ ਹੈ ਤਾਂ ਇੰਨੀ ਜ਼ਿਆਦਾ ਠੰਡ ਨਹੀਂ ਹੁੰਦੀ ਅਤੇ ਜੇ ਨਾਲ ਹਵਾ ਚੱਲਦੀ ਹੋਵੇ ਤਾਂ ਬਹੁਤ ਜ਼ਿਆਦਾ ਠੰਡ ਲੱਗਦੀ ਆ। ਅਤੇ ਅੱਜ ਆਪਾਂ ਜਾ ਰਹੇ ਹਾਂ ਜੀ ਪਾਰਮਾ, ਇਟਲੀ ਦੇ ਸ਼ਹਿਰ ਪਾਰਮਾ ਦੇ ਵਿੱਚ। ਪਾਰਮਾ ਤੋਂ ਮੇਰੀ ਮੈਡੀਸਨ ਚੱਲਦੀ ਆ, ਸੋ ਮੇਰੀ ਜਿਹੜੀ ਮੈਡੀਸਨ ਹੈ ਉਹ ਖਤਮ ਹੋਣ ਵਾਲੀ ਸੀ ਅਤੇ ਉਹਨੂੰ ਆਪਾਂ ਲੈਣ ਜਾਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਉੱਪਰ ਇੱਕ ਸਾਈਡ 'ਤੇ ਸੂਰਜ ਵੀ ਦਿਸ ਰਿਹਾ ਆ। ਜਿਹੜੀ ਮੈਡੀਸਨ ਆ ਉਹ ਲੈਣੀ ਮੇਰੇ ਲਈ ਬਹੁਤ ਜ਼ਰੂਰੀ ਆ। ਇਹਦੇ ਵਿੱਚ ਆਪਾਂ ਕੋਈ ਵੀ ਨਾਗਾ ਨਹੀਂ ਪਾਉਣਾ ਮੈਡੀਸਨ ਦੇ ਵਿੱਚ। ਅਤੇ ਆ ਲਓ ਜੀ ਆਪਾਂ ਪਹੁੰਚ ਗਏ ਹਾਂ ਹੋਸਪਿਟਲ। ਅਤੇ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ ਪਾਰਕ ਜਿਹੜੀ ਆ ਹੋਸਪਿਟਲ ਦੀ ਪਾਰਕਿੰਗ ਆ ਉਹ ਫੁੱਲ ਹੋਈ ਪਈ ਆ। ਦੇਖਦੇ ਹਾਂ ਆਪਾਂ ਨੂੰ ਕਿੱਥੇ ਗੱਡੀ ਲਾਉਣ ਲਈ ਥਾਂ ਮਿਲਦੀ ਆ। ਇਹ ਜਿਹੜੀ ਉਹ ਫਸਟ ਵਾਲੀ ਬਿਲਡਿੰਗ ਹੈ, ਇੱਥੇ ਆਪਾਂ ਜਾਣਾ ਆ। ਵੈਸੇ ਹੋਸਪਿਟਲ ਜਿਹੜਾ ਬਹੁਤ ਜ਼ਿਆਦਾ ਵੱਡਾ ਆ, ਮੇਨ ਹੋਸਪਿਟਲ ਆ ਜ਼ਿਲ੍ਹੇ ਦਾ ਜਿੱਦਾਂ ਆਪਣੇ ਡਿਸਟ੍ਰਿਕਟ ਦਾ। ਵੈਸੇ ਬਰਫ਼ਬਾਰੀ ਦੇ ਵਿੱਚ ਘੱਟ ਹੀ ਨਿਕਲਦਾ, ਜਿਸ ਨੂੰ ਕੋਈ ਐਮਰਜੈਂਸੀ ਹੁੰਦੀ ਆ ਉਹੀ ਜ਼ਿਆਦਾਤਰ ਬਾਹਰ ਆਉਂਦਾ ਨਿਕਲਦਾ ਰੋਡ 'ਤੇ। ਕਰੋਨਾ ਦਾ ਕਰਕੇ ਵੈਸੇ ਵੀ ਬਹੁਤ ਜ਼ਿਆਦਾ ਘੱਟ ਰੋਡ 'ਤੇ ਟ੍ਰੈਫਿਕ ਹੁੰਦੀ ਆ ਕਿਉਂਕਿ ਲੋਕਡਾਊਨ ਚੱਲ ਰਿਹਾ ਆ।
ਅਤੇ ਇਹ ਵਿੱਚ ਜਿਹੜਾ ਇੱਕ ਅੰਬਰੇਲਾ ਲੈ ਕੇ ਤੁਰੇ ਫਿਰਦੇ ਨੇ। ਇੱਦਾਂ ਬੱਚੇ ਕਾਫੀ ਜ਼ਿਆਦਾ ਇਹ ਪਾਰਕਿੰਗ ਜੋ ਕਿਤੇ ਖਾਲੀ ਹੁੰਦੀ ਉੱਥੇ ਲਵਾ ਦਿੰਦੇ ਆ। ਅਤੇ ਲਓ ਜੀ, ਹੋਸਪਿਟਲ ਤੋਂ ਆਪਾਂ ਆ ਗਏ ਸੀ ਅਤੇ ਮਹਿਤਾਬ ਇੱਥੇ ਬਰਫ਼ 'ਤੇ ਤੁਰਨ ਦੀ ਯਾਦ ਕਰਦਾ ਆ ਅਤੇ ਨਾਲੇ ਡਰਦਾ ਵੀ ਆ ਡਿੱਗਣ ਤੋਂ, ਇਸ ਲਈ ਉਸਨੇ ਨਾਲ ਦੀ ਨਾਲ ਉਹ ਜਾਲੀ ਨੂੰ ਫੜਿਆ ਹੋਇਆ, ਉਹਨੂੰ ਫੜ ਕੇ ਹੌਲੀ ਹੌਲੀ ਅੱਗੇ ਆ ਰਿਹਾ ਆ। ਅਤੇ ਇਹ ਜਿਹੜੀ ਮਹਿਤਾਬ ਲਈ ਫਸਟ ਸਨੋਅ ਆ, ਇਸਨੇ ਪਹਿਲਾਂ ਕਦੇ ਨਹੀਂ ਦੇਖੀ, ਇਸ ਲਈ ਇਹ ਜ਼ਿਆਦਾ ਸਨੋਅ ਦੇਖ ਕੇ ਬਹੁਤ ਜ਼ਿਆਦਾ ਖੁਸ਼ ਆ। ਅਤੇ ਬਸ ਕਹਿੰਦਾ ਇਸੇ ਤਰ੍ਹਾਂ ਮੈਂ ਤੁਰਿਆ ਫਿਰੇ ਰਵਾਂ, ਮੈਨੂੰ ਕੋਈ ਹੱਥ ਨਾ ਲਾਵੇ। ਹੁਣ ਆਪਾਂ ਆ ਗਏ ਹਾਂ ਘਰ। ਆਇਆ ਚਲੀਏ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਚਲੋ ਜੀ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ। ਸਤਿ ਸ਼੍ਰੀ ਅਕਾਲ ਜੀ।